हलका श्री हरगोबिंदपुर के पिंड वड्डे औलख विच माहौल उस समय तनावपूर्ण हो गया जब एक्साइज विभाग ने पुलिस पार्टी समेत पिंड के घर विच अद्धी रात कंधा टप के रेड करन दी कोशिश की। घर दिया औरतों वालों जदों उन्होंने इसका कारण पूछना चाहिया तो उतों भज्जन लगे। इस बारे घर की माता दलबीर कौर, माता के बेटे मेजर सिंह, माता की बेटी मनजीत कौर, पिंड वासी सुलखण सिंह, पिंड के पंचायत मैंबर दलजीत सिंह ने कहा कि इस तरह अद्धी रात बिना किसी पंचायत मैंबर या सरपंच नूं इंतलाह किए बिना किसी के घर दियां कंधां टप के दाखिल होना बहुत गलत है क्योंकि घर विच औरतां ही कल्लियां सन। सब ने सांझे तौर पर प्रशासन तो मांग की है कि अजिहे मुलाजमां उत्ते सख्त कार्रवाई की जाए। उन्हां कहा कि किसी विभाग वालों छापेमारी करनी हो पिंड के पंच या सरपंच नूं इतला जरूर की जाए। जदों इस बारे हरचवाल के चौंकी इंचार्ज दलबीर सिंह नूं गल की तो उन्हां कहा यह परिवार पिछले 20 सालों तो नजायज शराब का धंधा करता आ रहा है तो इन्हां उत्ते परचे भी चल रहे हैं। कादिया तो सलाम तारी अते मकबूल अहमद दी रिपोर्ट। ਮੇਰਾ ਨਾਮ ਮਨਜੀਤ ਕੌਰ। ਮਨਜੀਤ ਕੌਰ ਕੀ ਕਹਿਣਾ ਚਾਹੁੰਦੇ ਹੋ, ਰਾਤ ਕੀ ਹੋਇਆ? ਰਾਤ ਅਸੀਂ ਵਿਹੜੇ 'ਚ ਸੁੱਤੇ ਸੀ, ਲਾਈਟ ਬੰਦ ਸੀ ਤੇ ਰਾਤ ਕੁਛ ਟਾਈਮ 3 ਵਜੇ ਦਾ ਟਾਈਮ ਸੀ ਤੇ ਬੰਦੇ ਆਏ ਸੀ ਤੇ ਉਹਨਾਂ ਬਹੁਤ ਬੂਹਾ ਟਕੜਕਾਇਆ ਤੇ ਅਸੀਂ ਬੂਹਾ ਨਹੀਂ ਖੋਲਿਆ ਤੇ ਵੀਰ ਮੇਰੇ ਬ੍ਰਦਰ ਹੁਣੀ ਘਰ ਹੈ ਨਹੀਂ ਸੀ, ਉਹ ਬੰਬੀ ਤੇ ਮੋਟਰ 'ਤੇ ਸੀ, ਪਾਣੀ ਬੱਤੀ ਆਈ ਰਾਤ ਪਾਣੀ ਲਾਉਂਦੇ ਪਏ ਸੀ ਤੇ ਇੰਨਾ ਨਹੀਂ ਪਤਾ ਪੁਲਿਸ ਵਾਲੇ ਚਾਜ ਵਾਲੇ ਕੌਣ ਸੀ, ਚੋਰ ਕੌਣ ਸੀ ਤੇ ਪਰ ਉਹ ਕੰਧਾਂ 'ਤੇ ਚੜ੍ਹੇ ਤੇ ਜਦੋਂ ਮੈਂ ਉਹ ਮੇਰੀ ਭਾਬੀ ਜੀ ਬੋਲੇ ਤੇ ਬੰਦੇ ਕੰਧਾਂ ਚੜ੍ਹ ਗਏ ਤੇ ਫਿਰ ਮੈਂ ਕਿਰਪਾਨ ਲਿਆਂਦੀ ਤੇ ਉਹ ਬੰਦੇ ਡਰਦੇ ਉਤਰ ਗਏ ਤੇ ਪਰ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਸੀਂ ਜੀ ਉਹਦੀ ਰਾਤ ਸਾਡੇ ਬੂਹੇ ਖੜਕਾਏ ਆ ਤੇ ਅਸੀਂ ਬੂਹਾ ਨਹੀਂ ਖੋਲਿਆ ਤੇ ਫਿਰ ਇਹ ਕੰਧਾਂ 'ਤੇ ਚੜ੍ਹ ਗਏ ਆ ਫਿਰ ਆਪਾਂ ਪਾਉਂਦੇ ਰਹੇ ਆਉਂਦੇ ਰਹੇ ਵੀ ਲੈ ਅਸੀਂ ਤੁਹਾਡੇ 'ਤੇ ਕਾਰਵਾਈ ਕਰਾਂਗੇ, ਅੱਗੇ ਵੀ ਤੁਹਾਡੇ 'ਤੇ ਕੇਸ ਪਾਇਆ, ਹੋਰ ਵੀ ਅਸੀਂ ਕੇਸ ਪਾਵਾਂਗੇ। ਅਸੀਂ ਕਿਹਾ ਵੀ ਕਿਉਂ ਕਾਹਦਾ ਸਾਡੇ 'ਤੇ ਕੇਸ ਪਾਉਣਾ, ਕੀ ਕਰਦੇ ਤੁਸੀਂ? ਤੇ ਆਉਂਦੇ ਨਹੀਂ ਤੁਹਾਡੇ 'ਤੇ ਕੇਸ, ਬੂਹਾ ਖੋਲੋ ਤੇ ਬੂਹਾ ਖੋਲੋ, ਅਸੀਂ ਨਹੀਂ ਬੂਹਾ ਖੋਲਿਆ। ਜੇ ਸਾਡੀ ਕੋਈ ਸ਼ਾਇਦ ਚੱਲ ਜੇ ਗਵਾ ਜਾਵੇ ਕੋਈ ਕੋਈ ਮਤਲਬ ਨੁਕਸਾਨ ਹੋਵੇ ਇਹੋ ਜ਼ਿੰਮੇਦਾਰ ਹੋਣਗੇ। ਹਾਂਜੀ ਪੁਲਿਸ ਵਾਲੇ ਵੀ ਹੈਗੇ ਸੀ ਜੀ, ਸਹਿਜ ਵਾਲੇ ਵੀ ਹੈਗੇ ਸੀ, ਪੁਲਿਸ ਵਾਲੇ ਵੀ ਹੈਗੇ। ਹਾਂ ਬਹੁਤ ਪਰੇਸ਼ਾਨ ਕੀਤਾ ਜੀ ਸਾਨੂੰ। ਇਹਨਾਂ ਉੱਤੇ ਕੀ ਕਾਰਵਾਈ ਚਾਹੁੰਦੇ ਹੋ? ਇਹਨਾਂ ਨੂੰ ਕਾਰਵਾਈ ਜਿੰਨੀ ਮਤਲਬ ਹੋ ਸਕੇ ਓਨੀ ਹੋਣੀ ਚਾਹੀਦੀ ਹੈ। ਕੀ ਨਾਂ ਤੁਹਾਡਾ ਜੀ? ਦਲਜੀਤ ਸਿੰਘ। ਦਲਜੀਤ ਸਿੰਘ ਜੀ, ਆ ਰਾਤ ਇੱਕ ਘਟਨਾ ਹੋਈ ਹੈ ਜਿਹੜੀ ਇੱਕ ਪੁਲਿਸ ਵਾਲਿਆਂ ਨੇ ਕੀਤੀ ਇਹਨਾਂ ਦੇ ਘਰ ਕੰਧਾਂ ਟੱਪਣ ਦੀ। ਇਹ ਭਾਜੀ ਬਹੁਤ ਮਾੜੀ ਘਟਨਾ ਵਾ, ਮਤਲਬ ਪੁਲਿਸ ਨੂੰ ਜੇ ਆਉਣਾ ਵੀ ਆ ਦਿਨੇ ਆਉਣਾ ਚਾਹੀਦਾ ਤੇ ਕੋਈ ਪੰਚਾਇਤ ਮੈਂਬਰ ਸਰਪੰਚ ਕਿਸੇ ਵੀ ਮੈਂਬਰ ਨੂੰ ਨਾਲ ਲੈ ਕੇ ਆਓ ਪਿੰਡ 'ਚ ਆਉਣ ਤੋਂ ਪਹਿਲਾਂ ਵੀ ਹਾਂ ਵੀ ਅਸੀਂ ਘਰ ਰੇਡ ਕਰਨੀ ਆ। ਇਹ ਬਹੁਤ ਮਾੜੀ ਘਟਨਾ, ਰਾਤ ਨੂੰ ਕਿਸੇ ਦੇ ਭੈਣ ਭਰਾ ਦੇ ਘਰ ਨਹੀਂ ਜਾਣਾ ਚਾਹੀਦਾ, ਪੁਲਿਸ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ। ਸਰ ਇੱਕ ਬੇਨਤੀ ਹੈ ਕਿ ਇਹਨਾਂ ਦਾ ਕੋਈ ਘਰ ਦਾ ਕੋਈ ਨਸ਼ਾ ਵੇਚਦਾ ਕੋਈ ਇਹਨਾਂ ਦੇ ਘਰ ਪੁਲਿਸ? ਸਰ ਪਹਿਲਾਂ ਚਲੋ ਪੁਰਾਣੇ ਸਮੇਂ 'ਚ ਹੁੰਦਾ ਰਿਹਾ, ਹੁਣ ਨੌਲ 'ਚ ਗੱਲ ਹੈਗੀ, ਫਿਰ ਵੀ ਜੇ ਹੈਗੀ ਆ ਤਾਂ ਪੁਲਿਸ ਨੂੰ ਦਿਨੇ ਆਉਣਾ ਚਾਹੀਦਾ, ਨਾ ਕਿ ਰਾਤ ਨੂੰ 3 ਵਜੇ ਆਉਣਾ ਚਾਹੀਦਾ। ਹੁਣ CCTV ਕੈਮਰੇ ਚੈੱਕ ਕੀਤੇ ਆ, ਉਹਦੇ ਵਿੱਚ ਗੱਡੀਆਂ ਕੋਈ ਮਾੜੀ ਘਟਨਾ ਵਾ, ਦਿਨੇ ਆਉਣਾ ਚਾਹੀਦਾ, ਜੇ ਆਉਣਾ ਵੀ ਆ ਪੁਲਿਸ ਨੇ ਕੋਈ ਸਰਪੰਚ ਨੂੰ ਨਾਲ ਲੈ ਕੇ ਆਉਂਦੇ। ਇਹਦਾ ਕਹਿਣਾ ਜੀ ਗਲਤੀ ਆ ਕੰਮ ਇਹ, ਸਾਨੂੰ ਇਸ ਗੱਲ ਦਾ ਪਤਾ ਨਹੀਂ ਗਾ, ਆਏ ਰਾਤ 3 ਵਜੇ ਆਉਂਦੇ ਆਏ, ਅਸੀਂ ਹਟਨੇ ਇਹਨਾਂ ਤੋਂ। ਚੰਗਾ ਮਾਹੌਲ ਹੈ ਜਿਹੜਾ ਕਿਸੇ ਨੂੰ ਘਰ ਦੱਸਣ ਤੋਂ ਨਹੀਂ? ਚੰਗਾ ਨਹੀਂ ਨਾ, ਇਹ ਗੱਲ ਦਾ ਮਾਹੌਲ ਮਾੜਾ ਨਾ, ਸਾਡੀ ਕੁੜੀਆਂ ਇਕੱਲੀਆਂ ਇਹ ਬਾਹਰ ਬੰਬੀ 'ਤੇ ਆ। ਜਿਸ ਤਰ੍ਹਾਂ ਮੁੰਡੇ ਕੰਮ ਕਰਦੇ ਬਾਹਰੋਂ ਹੋ ਕੇ ਆਉਂਦੇ ਆ, ਇਹਨਾਂ ਦੇ ਪਰਿਵਾਰ 'ਚ ਕੋਈ ਨਸ਼ਾ ਵੇਚਦਾ ਤਾਂ ਆਉਂਦੇ ਇਹਦੇ ਵੱਧ? ਅਸੀਂ ਨਹੀਂ ਕਦੀ ਵੇਖਿਆ, ਅਸੀਂ ਕਦੀ ਵੇਖਿਆ ਇਹ ਕੰਮ, ਇਹ ਪਰਿਵਾਰ ਸ਼ਰੀਫ ਹੈ। ਔਰਤਾਂ ਵਾਲੇ ਰੇਡ ਜਿਹੜੀ ਕੀਤੀ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤੀ ਸਾਈਜ਼ ਵਾਲੇ ਨਾਲ ਦੀ, ਤੋ ਦਲਬੀਰ ਕੌਰ ਜਿਹੜੀ ਆ ਲੇਡੀਜ਼ ਆ ਕਾਫੀ ਸ਼ਰਾਬ ਵੇਚਦੀ, ਉਹਦਾ ਮੁੰਡਾ ਵੇਚਦਾ, ਉਹਦੇ ਖਿਲਾਫ 4 ਮੁਕੱਦਮੇ ਦਰਜ ਆ ਤੇ ਉਹਦੇ ਮੁੰਡੇ ਦੇ ਖਿਲਾਫ ਵੀ ਇੱਕ ਮੁਕੱਦਮਾ ਸ਼ਰਾਬ ਦਾ ਦਰਜ ਆ, 306 ਦਾ, 124 ਜੋ ਵੀ ਦਰਜ। ਹਾਂਜੀ ਇਹ ਮਤਲਬ ਕ੍ਰਾਈਮ ਕਰਦੇ ਆ ਜੀ, ਪਿੰਡ 'ਚੋਂ ਵੀ ਪਤਾ ਕੀਤਾ ਗਿਆ ਇਹ ਬਹੁਤ ਜ਼ਿਆਦਾ ਇੰਨੀ ਮਤਲਬ 20 ਸਾਲ ਤੋਂ ਸ਼ਰਾਬ ਵੇਚਦੇ ਆ ਰਹੇ ਆ ਜੀ, 7 ਮੁਕੱਦਮੇ ਇਹਨਾਂ ਦੇ ਖਿਲਾਫ ਦਰਜ ਨੇ ਮਾਂ ਪੁੱਤ ਦੇ ਖਿਲਾਫ। ਬਰਾਮਦੀ ਪਤਾ ਲੱਗਿਆ ਵੀ ਸ਼ਰਾਬ ਆਈ ਆ ਪਰ ਉਹਨਾਂ ਗੇਟ ਨੂੰ ਖੋਲਿਆ,
ਹੋਏ।